ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ। ਸਗੇ ਪਾਏ ਸਹਿਰ ਆਏ ਨਸ਼ੀਨੇ ਗਦੀ ਬਖਸ਼ਮੇ ਕੇ ਖੂਨਿਸ਼ ਦੰਦਾਂ ਚੇ ਕੰਦ। ਇੱਕ ਲੱਕੜਹਾਰਾ ਸਿਰ ਦੇ ਉੱਤੇ ਲੱਕੜਾਂ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ। ਰੋਜ਼ ਜੰਗਲ ਜਾਂਦਾ ਸੀ, ਲੱਕੜੀਆਂ ਲਿਆਂਦਾ ਸੀ, ਘਰ ਦੇ 'ਚ ਰੱਖਦਾ ਸੀ ਅਤੇ ਖਰੀਦਦਾਰ ਘਰੋਂ ਹੀ ਲੈ ਜਾਂਦੇ ਸਨ। ਆਉਂਦਿਆਂ ਰਸਤੇ ਵਿੱਚ ਕੁੱਤੇ ਨੇ ਕੱਟ ਖਾਧਾ, ਬੜਾ ਭਾਰੀ ਜ਼ਖਮ ਬਣ ਗਿਆ, ਖੂਨ ਵਗਿਆ। ਉਸ ਹਾਲਤ ਦੇ ਜਦ ਘਰ ਆਇਆ, ਇਸ ਲੱਕੜਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ, ਨੌਜਵਾਨ। ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ। ਉਹ ਗੁੱਸੇ 'ਚ ਕਹਿਣ ਲੱਗੀ ਕਿ ਆਖਿਰ ਤੁਰਾ ਤੇਜ਼ ਦੰਦਾਂ ਨਾ ਬਹੂ। ਐ ਮੇਰੇ ਅੱਬੂ, ਤੁਹਾਡੇ ਕੋਲ ਤੇਜ਼ ਦੰਦ ਨਹੀਂ ਸਨ, ਜੇ ਕੁੱਤੇ ਨੇ ਤੁਹਾਨੂੰ ਕੱਟ ਖਾਦਾ ਤੁਸੀਂ ਵੀ ਕੱਟ ਖਾਣਾ ਸੀ। ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ? ਆਪਣੀ ਬੱਚੀ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦਾ, ਵਾ ਲੇਕਿਨ ਨਾ ਆਇਆ ਨਵਾਇਦ ਮਰਦਮ ਸਗੀ। ਮੈਂ ਸੱਗ ਨਹੀਂ ਹਾਂ, ਕੁੱਤਾ ਨਹੀਂ ਹਾਂ, ਮਨੁੱਖ ਹਾਂ, ਅਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ। ਵਾ ਲੇਕਿਨ ਨਾ ਆਇਦ ਜ਼ ਮਰਦਮ ਸਗੀ। ਮੈਂ ਮਰਦਮ ਮਨੁੱਖ ਹਾਂ, ਅਤੇ ਮਨੁੱਖ ਹੋ ਕੇ ਕੁੱਤਿਆਂ ਵਾਲਾ ਕੰਮ ਕਿਵੇਂ ਕਰ ਲਵਾਂ? ਕੁੱਤੇ ਨੂੰ ਮੈਨੂੰ ਕੱਟਿਆ, ਉਹਦਾ ਸੁਭਾਅ ਮੈਂ ਕਿਵੇਂ ਕੱਟਾਂ? ਮੈਂ ਮਨੁੱਖ ਹਾਂ, ਮੈਂ ਕੁੱਤਾ ਨਹੀਂ ਹਾਂ, ਮੈਂ ਕਿਸ ਤਰ੍ਹਾਂ ਕੱਟਾਂ? ਭਲੇ ਕਿੰਨਾ ਮਰਦਮ ਸਗੀ। ਕਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਅ ਬਣ ਜਾਏ, ਨਹੀਂ ਬਦਲਦੇ, ਨਹੀਂ ਬਦਲਦੇ। ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਤ ਨੂੰ। ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਵਿੱਚ ਸਜ਼ਾਏ ਮੌਤ ਦੇਣ ਦਾ ਇਹ ਡੰਗ ਸੀ। ਪਿਆਲਾ ਜ਼ਹਿਰ ਦਾ ਹੱਥ 'ਚ ਹੈ, ਪੀਣ ਲੱਗਾ ਸੁਕਰਾਤ, ਹੁਕਮਰਾਨ ਰੋਕਦਾ ਹੈ। ਕਹਿੰਦੇ ਕਾਨੂੰਨ ਦੀ ਇੱਕ ਜ਼ਦ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ, ਅਗਰ ਤੂੰ ਕਬੂਲ ਕਰੇ। ਸੁਕਰਾਤ ਕਹਿੰਦੇ ਨੇ ਉਹ ਕੀ, ਤੂੰ ਇਹ ਮੁਲਕ ਛੋੜ ਕੇ ਚਲਾ ਜਾ। ਬੈਲ ਗੱਡੀਆਂ ਅਤੇ ਘੋੜੇ ਗੱਡੀਆਂ 'ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ, ਪਰਿਵਾਰ ਵੀ ਲੈ ਜਾ, ਅਸੀਂ ਇਹ ਵੀ ਇਜਾਜ਼ਤ ਦਿੰਦੇ ਹਾਂ, ਇਹ ਮੁਲਕ ਛੋੜ ਕੇ ਚਲਾ ਜਾ। ਸੁਕਰਾਤ ਕਹਿੰਦੇ ਨਹੀਂ, ਮੈਂ ਮੁਲਕ ਨਹੀਂ ਛੋੜ ਸਕਦਾ, ਮੈਂ ਇੱਥੇ ਨਹੀਂ ਛੋੜ ਸਕਦਾ। ਮੁਨਸਿਫ ਕਹਿੰਦਾ ਸਜ਼ਾਏ ਮੌਤ ਤੋਂ ਬਚ ਜਾਵੇਗਾ, ਮੌਤ ਤੋਂ ਬਚ ਜਾਵੇਗਾ। ਸੁਕਰਾਤ ਕਹਿੰਦਾ ਨਹੀਂ ਬਚਾਂਗਾ, ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਿਆਂ ਦੇ ਮਨੁੱਖ ਹੋਣਗੇ ਅਤੇ ਤੁਹਾਡੇ ਜੈਸੇ ਹੁਕਮਰਾਨ ਹੋਣਗੇ, ਕੋਈ ਆਸਮਾਨ ਤੋਂ ਥੋੜ੍ਹੀ ਡਿੱਗੇ ਨੇ, ਉੱਥੇ ਵੀ ਮੈਂ ਇਹੀ ਕੁਛ ਬੋਲਾਂਗਾ। ਸੰਘਰਸ਼ ਹੋਵੇਗਾ, ਉੱਥੇ ਵੀ ਸਜ਼ਾਏ ਮੌਤ ਹੋਵੇਗੀ, ਇੱਥੇ ਹੀ ਠੀਕ ਹੈ, ਇੱਥੇ ਹੀ ਠੀਕ। ਸਿਆਣਾ ਮਨੁੱਖ ਸੀ, ਪਤਾ ਸੀ ਇਸਨੂੰ, ਕੋਈ ਵੀ ਕਰਮ, ਸ਼ੁਭ ਕਰਮ,
ਸੱਚ ਬੋਲਣਾ ਜਿਹਦਾ ਸੁਭਾਅ ਬਣ ਗਿਆ, ਲੱਖ ਵੀ ਝੂਠੇ ਇਕੱਠੇ ਹੋਵਨ, ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ। ਕਬੀਰ ਨੇ ਕਿਹਾ, ਸੰਤ ਨਾ ਛਾੜੇ ਸੰਤਈ, ਜੇ ਕੋਟਕ ਮਿਲੇ ਅਸੰਤ। ਕਰੋੜਾਂ ਦੁਸ਼ਟ ਮਿਲ ਜਾਣ, ਸੰਤ ਆਪਣੀ ਦਇਆ ਨਹੀਂ ਛੋੜਦਾ, ਸੰਤ ਆਪਣਾ ਪਰਉਪਕਾਰ ਨਹੀਂ ਛੋੜਦਾ, ਸੰਤ ਆਪਣਾ ਸੁਭਾਅ ਨਹੀਂ ਛੋੜਦਾ। ਸੰਤ ਨਾ ਛਾੜੇ ਸੰਤਈ, ਜੇ ਕੋਟਕ ਮਿਲੇ ਅਸੰਤ। ਮਲਿਆਗਰ ਭੁਯੰਗਮ ਬੇੜਿਓ ਤੋ ਸੀਤਲਤਾ ਨ ਤਜਨ। ਭਾਵੇਂ ਸੱਪ ਲਿਪਟੇ ਰਹਿੰਦੇ ਨੇ ਚੰਦਨ ਨੂੰ, ਤੇ ਚੰਦਨ ਉਹਨਾਂ ਨੂੰ ਵੀ ਸੀਤਲਤਾ ਦੇਈ ਜਾਂਦਾ, ਸੁਗੰਧੀ ਦੇਈ ਜਾਂਦਾ, ਉਹਨਾਂ ਦੀ ਜ਼ਹਿਰ ਨਹੀਂ ਲੈਂਦਾ, ਆਪਣੀ ਮਹਿਕ ਦਿੰਦਾ। ਉਹਨਾਂ ਦੀ ਜ਼ਹਿਰ ਨਹੀਂ ਲੈਂਦਾ, ਆਪਣੀ ਠੰਡ ਦਿੰਦਾ। ਕਰੋੜਾਂ ਦੁਸ਼ਟ ਹੋਵਨ, ਸੰਤ ਦੁਸ਼ਟਪਣਾ ਨਹੀਂ ਲੈਂਦਾ। ਕਿਉਂ? ਸੰਤਪਣਾ ਉਹਦਾ ਸੁਭਾਅ ਬਣ ਗਿਆ, ਦਇਆ ਉਸਦਾ ਸੁਭਾਅ ਹੈ, ਸੀਲ ਸੰਜਮ ਉਸਦਾ ਸੁਭਾਅ ਹੈ, ਪਰਉਪਕਾਰ ਉਸਦਾ ਸੁਭਾਅ ਹੈ, ਕੋਮਲਤਾ ਉਸਦਾ ਸੁਭਾਅ ਹੈ, ਕਠੋਰਪਣਾ ਦੁਸ਼ ਦਾ ਸੁਭਾਅ ਹੈ। ਕਰਮ ਬਦਲ ਜਾਂਦੇ ਨੇ, ਸਤਸੰਗ ਦੀ ਮਹਿਮਾ ਇਸ ਵਾਸਤੇ, ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਬਦਲੇ ਜਾ ਸਕਦੇ ਨੇ। ਕਰਮ ਬਾਰ ਬਾਰ ਰਿਪੀਟ ਹੋ ਕੇ, ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ, ਨਹੀਂ ਬਦਲਦੇ। ਮੇਰੇ ਦੇਖੇ ਗੁਸਤਾਖੀ ਮਾਂ, ਕੋਈ ਇੱਕ ਅਵਤਾਰ ਵੀ ਸੁਭਾਅ ਬਦਲਣ ਦੇ ਸਮਰੱਥ ਨਹੀਂ ਹੋਇਆ। ਸੁਭਾਅ ਕੀ ਬਦਲਣੇ ਸਨ? ਉਹਨਾਂ ਨੇ ਤੇ ਸੂਲੀ ਤੇ ਚਾੜ ਦਿੱਤਾ, ਜ਼ਹਿਰ ਦਾ ਪਿਆਲਾ ਦੇ ਦਿੱਤਾ। ਸੁਭਾਅ ਕੀ ਬਦਲਣਾ ਸੀ? ਪੰਜਵੇਂ ਗੁਰੂ ਨਾਨਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ, ਨਹੀਂ ਬਦਲਦੇ ਸੁਭਾਅ। ਕੋਈ ਵੀ ਅਸ਼ੁਭ ਕਰਮ ਉਹਨੂੰ ਸੁਭਾਅ ਨਾ ਬਣਨ ਦੇਣਾ, ਇਹੀ ਸਿਆਣਪ ਹੈ। ਔਰ ਇਹ ਸੂਝਬੂਝ ਸੰਗਤ ਤੋਂ ਮਿਲਦੀ ਹੈ, ਸਤਸੰਗ ਤੋਂ ਮਿਲਦੀ ਹੈ। ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ, ਇਹ ਸਤਸੰਗ ਦਾ ਲਾਭ ਹੈ, ਗੁਰਬਾਣੀ ਦਾ ਲਾਭ ਹੈ। ਪਰ ਜੇ ਦੁਸ਼ਟ ਕਰਮ ਸੁਭਾਅ ਬਣ ਗਿਆ, ਆਦਤ ਬਣ ਗਿਆ, ਤਾਂ ਗੁਰੂ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ, ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ, ਦੇਹੋ ਬੱਗਾ ਤੱਪੇ ਗਣਾ ਕਾਲਿਆਂ ਕਾਲੇ ਵਨ। ਚਿੱਟਾ ਦਿਨ ਚੜਿਆ, ਬੱਗਾ ਦਿਨ ਚੜਿਆ, ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ, ਕਾਲੀਆਂ ਚੀਜ਼ਾਂ ਕਾਲੀਆਂ। ਕਾਲੀ ਬੋਲੀ ਰਾਤ ਆਈਏ ਮੱਸਿਆ ਦੀ, ਪਰ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਨੇ, ਉਹਨਾਂ ਨੂੰ ਕਾਲਾ ਨਹੀਂ ਕਰ ਸਕਦੀ। ਜਿਸ ਦਾ ਸੁਭਾਅ ਸਫੈਦ ਹੈ, ਸ਼ੁਭ ਹੈ, ਅਸ਼ੁਭ ਨਹੀਂ ਹੋਵੇਗਾ। ਇਹਦੇ ਦਾ ਸੁਭਾਅ ਹੀ ਕਾਲਾ ਹੈ, ਕਰੂਪ ਹੈ, ਕਠੋਰ ਹੈ, ਦੁਸ਼ਟ ਹੈ, ਨਹੀਂ ਬਦਲੇਗਾ। ਗੁਰੂ ਨਾਨਕ ਇਹ ਕਹਿ ਰਿਹਾ। ਸਤਿਗੁਰੂ ਦੇਵ ਜੀ ਮਹਾਰਾਜ ਆਪਣੇ ਵਾਕ ਵਿੱਚ ਇਹ ਕਹਿ ਰਹੇ ਨੇ। ਸੋ ਮੈਂ ਅਰਜ਼ ਕਰਾਂ, ਦੋ ਚਾਰ ਮਹੀਨਿਆਂ ਦਾ ਕੱਪੜਾ ਮੈਲਾ ਹੋਵੇ, ਮਹਿਲ ਦਿਖਾਈ ਦਿੰਦੀ ਹੈ, ਕੱਪੜਾ ਨਹੀਂ ਦਿਖਾਈ ਦਿੰਦਾ। ਇਹ ਜਿਹੜਾ ਸਾਡਾ ਮਨ ਹੈ, ਇੱਕ ਦਿਨ ਦਾ ਮੈਲ ਹੈ, ਇੱਕ ਮਹੀਨੇ ਦਾ ਮੈਲ ਹੈ, ਜਾਂ ਇੱਕ ਸਾਲ ਦਾ, ਜਾਂ ਇੱਕ ਜਨਮ ਦਾ, ਨਹੀਂ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ। ਇਹ ਅਨੰਤ ਜਨਮਾਂ ਦਾ ਮੈਲ ਹੈ, ਫਿਰ ਵੀ ਮੈਂ ਅਰਜ਼ ਕਰਾਂ, ਸਾਫ਼ ਹੋ ਸਕਦਾ, ਸਾਫ਼ ਹੋ ਸਕਦਾ।
ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ, ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ, ਖਿੱਚ ਰੱਖਦੇ ਨੇ, ਇਹ ਪਹਿਚਾਣ ਹੈ ਕਿ ਮਲਨ ਤਾਂ ਅਜੇ ਸੁਭਾਅ ਨਹੀਂ ਬਣੀ, ਦੁਸ਼ਟਪਣਾ ਸੁਭਾਅ ਨਹੀਂ ਬਣਿਆ। ਪਰ ਗੁਰਦੁਆਰੇ ਵਿੱਚ ਵੀ ਆ ਕੇ ਦਾਨ ਦੀ ਬਿਰਤੀ ਨਾ ਪੈਦਾ ਹੋਵੇ, ਖੋਣ ਦੀ ਬਿਰਤੀ ਪੈਦਾ ਹੋਵੇ, ਕਿਵੇਂ ਜੇਬ ਕੱਟੀਏ, ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ। ਇੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ, ਰੰਗ ਵੇਖ ਕੇ, ਰੂਪ ਵੇਖ ਕੇ, ਧਨ ਵੇਖ ਕੇ, ਸੰਪਦਾ ਵੇਖ ਕੇ, ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ, ਤਾਂ ਇੱਕ ਗੱਲ ਸਪਸ਼ਟ ਹੈ, ਦੁਸ਼ਟਪਣਾ ਇਸਦਾ ਸੁਭਾਅ ਬਣ ਗਿਆ। ਕਥਾ ਕੀਰਤਨ ਨਾਲ ਕੁਛ ਵੀ ਨਹੀਂ ਹੋਵੇਗਾ, ਕੁਛ ਵੀ ਨਹੀਂ ਹੋਵੇਗਾ। ਮੇਰੀ ਜ਼ਿੰਦਗੀ ਦਾ ਐਸਾ ਤਜਰਬਾ ਹੈ, ਮੇਰੇ ਨਾਲ ਕੁਛ ਸੱਜਣ 30-30, 40-40 ਸਾਲ ਤੋਂ ਵੀ ਰਹੇ ਨੇ, ਜੈਸੇ ਕਿ ਚੰਗੀ ਆਤਮਾ ਬਾਈ ਕਲਿਆਣ ਸਿੰਘ, ਇਹ ਮੇਰੇ ਨਾਲ 40 ਸਾਲ ਤੋਂ ਹੈ, ਔਰ ਬੇਦਾਗ ਜ਼ਿੰਦਗੀ ਇਹਨਾਂ ਦੀ, ਚੰਗੇ ਵਿਚਾਰ ਨੇ। ਉਹ ਸੱਜਣ ਤੇ ਹੁਣ ਨਹੀਂ ਰਿਹਾ, ਮੈਂ ਦੇਖਿਆ ਰੋਜ਼ ਰੋਜ਼ ਮੇਲਾ ਹੀ ਹੁੰਦਾ ਗਿਆ, ਦੁਸ਼ਟਪਣਾ ਉਸਦਾ ਵੱਧਦਾ ਹੀ ਗਿਆ। ਦਿਨ ਵਿੱਚ 10 ਬੰਦਿਆਂ ਨਾਲ ਲੜ ਨਾ ਲਵੇ, ਗਾਲੀ ਗਲੋਚ ਨਾ ਕਰ ਲਵੇ, ਉਹਨੂੰ ਚੈਨ ਨਹੀਂ ਮਿਲਦਾ ਸੀ। ਇੱਕ ਦਿਨ ਮੈਂ ਹੀ ਉਹਨੂੰ ਹੱਥ ਜੋੜੇ, ਮੈਂ ਕਿਹਾ ਇਸ ਤਰ੍ਹਾਂ ਹੈ, ਤੂੰ ਮੈਨੂੰ ਛੋੜ ਕੇ ਚਲਾ ਜਾ, ਤੇਰੇ ਕਰਕੇ ਮੈਨੂੰ ਗਿਲੇ ਬੜੇ ਆਉਂਦੇ। ਕਹਿਣ ਲੱਗਾ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ, ਮੈਂ ਨਹੀਂ ਛੋੜ ਸਕਦਾ, ਇਹ ਵੀ ਮੇਰੀ ਆਦਤ ਬਣ ਗਈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਗਾਲੀ ਗਲੋਚ ਕਰਨਾ, ਲੜਨਾ ਵੀ ਮੇਰੀ ਆਦਤ ਬਣ ਗਈ, ਮੈਂ ਨਹੀਂ ਛੋੜ ਸਕਦਾ, ਸਾਫ਼ ਕਹਿ ਦਿੱਤਾ ਉਸ ਨਾਲ ਦੇ ਸਾਥੀ ਜਾਣਦੇ ਨੇ। ਸਰ ਵਿਚਾਰਾ ਗੁਜ਼ਰ ਗਿਆ, ਪਿਛਲੇ ਸਾਲ ਹੀ ਗੁਜ਼ਰਿਆ। ਜਿਹੜਾ ਪਰਉਪਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ, ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣ। ਹਰ ਵਕਤ ਕ੍ਰੋਧ 'ਚ ਰਹਿਣਾ, ਹਰ ਵਕਤ ਕ੍ਰੋਧ 'ਚ ਰਹਿਣਾ। ਔਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ, ਗਿਆ ਨਹੀਂ ਜੀ ਮੈਂ ਨਹੀਂ ਕੱਢ ਸਕਦਾ ਕ੍ਰੋਧ ਨੂੰ, ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ, ਕੋਈ ਬੰਦਾ ਚਾਹੀਦਾ, ਬਸ ਬੰਦਾ ਹੀ ਚਾਹੀਦਾ, ਭਾਵੇਂ ਉਸਨੇ ਕਸੂਰ ਕੀਤਾ ਭਾਵੇਂ ਨਹੀਂ ਕੀਤਾ। ਇਸ ਤਰ੍ਹਾਂ ਦੀ ਆਦਤ ਸੁਭਾਅ ਬਣ ਗਿਆ ਸੀ, ਫਿਤਰਤ ਬਣ ਗਈ। ਕਰਮ ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ, ਨਹੀਂ ਛੁੱਟਦੀ, ਨਹੀਂ ਛੁੱਟਦੀ। ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ, ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ। ਤੇ ਲਾਭ ਇਹ ਹੀ ਹੋਵੇਗਾ, ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ, ਸ਼ੁਭ ਵੱਧਦੇ ਜਾ ਰਹੇ ਨੇ, ਇਹ ਸਤਸੰਗ ਦਾ ਲਾਭ ਹੈ, ਇਹ ਲਾਭ ਹੈ।